ਬਾਸਾ ਕੀ ਕਿਹੜੀ ਆਈ ਆ ਬਾਸੇ ਰਾਜਸਥਾਨ ਜਲੰਧਰ ਜਲੰਧਰ ਮੌਸਮ ਹੋਵੇ ਹਰ ਤਰ੍ਹਾਂ ਦੇ ਹਾਲਾਤ ਦੇ ਵਿੱਚ ਉਹ ਭੈਣ ਸਾਨੂੰ ਇੱਥੇ ਮੌਜੂਦ ਦਿਖਦੀ ਹੈ ਆਪਣੇ ਕੰਮ ਪ੍ਰਤੀ ਸੱਚੀ ਨਿਸ਼ਠਾ ਰੱਖਦੀ ਹੈ ਜ਼ਿੰਦਗੀ ਦੇ ਵਿੱਚ ਆਪਣੇ ਹੌਸਲਿਆਂ ਨੂੰ ਉਡਾਨਾਂ ਕਿੱਦਾਂ ਦਿੱਤੀਆਂ ਜਾਂਦੀਆਂ ਵਾਰੀਆਂ ਨੂੰ ਆਵਾਜ਼ਾਂ ਮਾਰ ਕੇ ਬੱਸਾਂ ਦੇ ਵਿੱਚ ਚੜਾਉਨੇ ਹੋ ਬੰਦੇ ਦੀ ਆਪਣੀ ਹਿੰਮਤ ਹੋਣੀ ਚਾਹੀਦੀ ਹੈ ਕੰਮ ਕਿਹੜਾ ਮੁਸ਼ਕਲ ਹੈ ਮਤਲਬ 7 ਸਾਲ ਦੀ ਉਮਰ ਚ ਘਰ ਛੱਡਤਾ ਸੀ ਬੱਚੇ ਤੁਹਾਡੇ ਹੈਗੇ ਨੇ ਆਇਆ ਨਹੀਂ ਵਿਆਹ ਕੀਰੀ ਕੱਟੀ ਹੈ 17 ਸਾਲ ਹੋਏ ਮੇਰੇ ਵਿਆਹ ਸਪੰਨ ਨੂੰ 4 ਵਾਰੀ ਅਟੈਕ ਹੋ ਚੁੱਕਿਆ ਕਿ ਸੋਣਾ ਖਰਚਾ ਤੁਸੀਂ ਇਕੱਲੇ ਹੀ ਚੱਕਦੇ ਹੋ ਨਹੀਂ ਆ ਇੱਕ ਮੇਰੇ ਮਾਤਾ ਜੀ ਹੈ ਜਿਨ੍ਹਾਂ ਦੀ ਨਿਗਾਹ ਕਮਜ਼ੋਰ ਹੈ ਤੂੰ ਇੰਨੀ ਉਮਰ ਹੋ ਗਈ ਹੁਣ ਛੱਡ ਦੇਣਾ ਚਾਹੀਦਾ ਕੰਮ ਛੱਡਿਆ ਤੇ ਤਾਂ ਜੇ ਪੁੱਤ ਕੋਈ ਸਹਾਰਾ ਹੋਵੇ ਭਰਾ ਕੋਈ ਰਿਸ਼ਤੇਦਾਰ ਮੇਰਾ ਸਾਰਾ सत श्री अकाल दोस्तों मैं हाँ सुखराज भगत सिंह संधु गल महिलावां दी करते हैं महिलावां अपने संघर्ष के नाल अपने हौसलियां नूं नवी उड़ान दिंदियां ने काफ़ी समय तो देखा जाता है कि कुछ लोग जिहड़े ने अपनी जिंदगी तो हार के खुदकुशियां वल हो जाते हैं या कोई होर रस्ता अख्तियार कर लेंदे ने पर कुछ महिलावां इदां दियां हुंदियां ने जिहड़ियां जिंदगी नहीं जिंदगी हार दियां नहीं जिंदगी नूं जित्तण दा जज्बा रखदियां ने जिहड़ियां अपने हालातां दे उत्ते जित हासिल करन दा जज्बा रखदियां ने जनून रखदियां ने अज असीं अपने चैनल दे माध्यम राहीं तुहाडे रूबरू ऐसे ही किरदार नूं करांगे साडी इक भैण रोज तुसीं अगर बस स्टैंड तो प्रीत सिनमे वाली रोड ते आउंदे होवो तो शायद तुसी प्रीत सिनमे दे बाहर किते देखिया होवे कि एक भैण रोज सवारियां नूं आवाजा मारदी है ते बसां ते चढ़ाउंदी है वो भैण लगातार धुप होवे छां होवे गर्मी सर्दी ठंड दा मौसम होवे हर तरह दे हालात दे विच वो भैण सानूं इत्थे मौजूद दिखदी है अपने काम प्रति सच्ची निष्ठा रखदी है और सारा दिन वो इत्थे सवारियां नूं आवाजा मार के बसां च सवारियां चढ़ाउंदी है ते उत्थों अपने घर दा गुजारा जिहड़ा वो करदी है सो ऐसियां शख्सियतां साडे देश विच साडे पंजाब विच साडे शहरां दे विच हैगियां ने जिहड़ियां लोकां तक पहुंचाउणियां बहुत जरूरी आ क्योंकि जिहड़े लोक दुनिया दे विच आए ने जीण वास्ते अगर वह जीए बिना चले जाण जिंदगी दे संघर्ष करन वाले हिस्सों तों डर जाण जिंदगी च संघर्ष वाले पार्ट तों जदों डर जांदे ने हार जांदे ने फिर वह खुदकुशियां दा रस्ता तैयार करते हैं सो यह जिहियां भैणां फिर उन्हां लई एग्जाम्पल सैट करदियां ने कि जिंदगी नूं जीआ किदां जांदा जिंदगी दे विच अपने हौसलियां नूं उड़ाना किदां दित्तियां जांदियां ने अज आपां उस भैण नूं मिलांगे ते उहदे नाल चर्चा करांगे तुहानूं वी मिलावांगे किदां दे उहनां दे घर दे हालात ने ते उह क्यों इह काम करन लई मजबूर होए ते किन्ने क उहनां नूं लगदा किन्ना क गुजारा उह इत्थों कमाए पैसियां नाल करदे ने आ जाओ मिलदे हां आपां उस भैण नूं सति श्री अकाल भैणे सति श्री अकाल जी ठीक ठाक हो हां जी बीजी ਤੁਸੀਂ ਮੈਂ ਕਈ ਵਾਰ ਇੱਥੋਂ ਲੰਘਿਆ ਤੇ ਮੈਂ ਦੇਖਿਆ ਤੁਸੀਂ ਇੱਥੇ ਰੋਜ਼ ਸੀਟੀਆਂ ਬੜੀਆਂ ਮਾਰਦੇ ਹੋ ਤੇ ਸਵਾਰੀਆਂ ਨੂੰ ਆਵਾਜ਼ਾਂ ਮਾਰ ਕੇ ਬੱਸਾਂ ਦੇ ਵਿੱਚ ਚੜਾਉਂਦੇ ਹੋ ਸਵੇਰ ਤੋਂ ਸ਼ਾਮ ਤੱਕ ਤੁਸੀਂ ਇੱਥੇ ਹੀ ਮੈਨੂੰ ਨਜ਼ਰ ਆਉਂਦੇ ਹੋ ਹਨਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕਰ ਮੈਨੂੰ 42 ਸਾਲ ਹੋ ਗਏ ਜੀ ਬੱਸਾਂ ਦਾ ਕੰਮ ਕਰਦੇ ਹੋਏ 42 ਸਾਲ ਹੋ ਗਏ ਕਿੰਨੀ ਉਮਰ ਤੋਂ ਲੱਗ ਗਏ ਸੀ ਕੰਮ ਕਰਨ 7 ਸਾਲ ਦੀ ਉਮਰ ਤੋਂ 7 ਸਾਲ ਦੀ ਉਮਰ ਤੋਂ 7 ਸਾਲ ਦੀ ਉਮਰ ਤੋਂ ਅਸੀਂ ਆਪਣੇ ਬੱਚਿਆਂ ਨੂੰ ਘਰਾਂ ਦੇ ਵਿੱਚ ਸੰਭਾਲ ਕੇ ਰੱਖਦੇ ਆ ਉਹਨਾਂ ਦੀ ਫਿਕਰ ਹੁੰਦੀ ਆ ਪਰ ਇਸ ਭੈਣ ਦਾ ਕਹਿਣਾ ਹੈ ਕਿ ਇਹ 7 ਸਾਲ ਦੀ ਉਮਰ ਤੋਂ ਇੱਥੇ ਕੰਮ ਕਰਨ ਲੱਗ ਗਏ ਸੀ ਜੋ ਅੱਜ ਤੁਸੀਂ ਦੇਖ ਰਹੇ ਹੋ ਸੀ ਤੁਹਾਨੂੰ ਵਿੱਚ-ਵਿੱਚ ਦਿਖਾਉਂਦੇ ਵੀ ਰਵਾਂਗੇ 7 ਸਾਲ ਦੀ ਉਮਰ ਤੋਂ ਕੰਮ ਕਰ ਰਹੇ ਸੀ ਅਸੀਂ ਲੋਕ ਆਪਣੇ ਕੰਮਾਂ ਤੋਂ ਭੱਜਦੇ ਆ ਅਸੀਂ ਸੋਚਦੇ ਆ ਕਿ ਯਾਰ ਆ ਕੰਮ ਛੋਟਾ ਹੈ ਮੈਂ ਨਹੀਂ ਕਰਨਾ ਆ ਕੰਮ ਮੈਂ ਨਹੀਂ ਕਰਨਾ ਜਾਂ ਮੈਂ ਉਹ ਕੰਮ ਨਹੀਂ ਕਰਨਾ ਪਰ ਜ਼ਿੰਦਗੀ ਦੇ ਵਿੱਚ ਮੁਕਾਮ ਉਹੀ ਹਾਸਲ ਕਰਦੇ ਨੇ ਜਿਹੜੇ ਕੰਮਾਂ ਤੋਂ ਭੱਜਦੇ ਨਹੀਂ ਸੋ ਭੈਣ 7 ਸਾਲ ਕਿੰਨੇ ਸਾਲ 7 ਸਾਲ ਦੀ ਉਮਰ ਤੋਂ ਤੁਸੀਂ ਲੱਗੇ ਸੀਗੇ ਤੁਹਾਨੂੰ ਹੁਣ ਕਿੰਨੀ ਸਾਲ ਦੀ ਉਮਰ ਹੈ 50 ਸਾਲ 50 ਸਾਲ ਦੀ ਉਮਰ ਹੋ ਗਈ ਲਗਾਤਾਰ ਇੱਥੇ ਹੀ ਹੋ ਇਹ ਪਹਿਲੇ ਇੱਥੇ ਗਿਲਚੁੰਗ ਨਹੀਂ ਸੀਗੇ ਇੱਥੇ ਪੁਲ ਬੰਦਾ ਸੀ ਗਿਲਚੁੰਗ ਹੁੰਦੇ ਸੀ ਉਸ ਤੋਂ ਪਹਿਲੇ ਜਦੋਂ ਇੱਥੇ ਪੁਲ ਬਣਨਾ ਸ਼ੁਰੂ ਹੋਇਆ ਉਦੋਂ ਡੁਗਰੀ ਵਾਲੇ ਚੁੰਕ ਤੇ ਸੀਗੇ ਮਤਲਬ ਲਗਾਤਾਰ ਤੁਸੀਂ ਇਹੀ ਕੰਮ ਕਰ ਰਹੇ ਹੋ ਜਦੋਂ ਮੈਂ ਇਹ ਕੰਮ ਸ਼ੁਰੂ ਕੀਤਾ ਸੀ ਉਦੋਂ ਲੋਕਲ ਅੱਡੇ ਬੱਸ ਸਟੈਂਡ ਹੁੰਦਾ ਸੀ ਤੇ ਕਿਸੇ ਨੇ ਇਤਰਾਜ਼ ਨਹੀਂ ਜਤਾਇਆ ਕਿ ਕੁੜੀ ਹੋ ਕੇ ਕੰਮ ਕਰ ਰਹੇ ਹੋ 7 ਸਾਲ ਦੀ ਉਮਰ ਬਹੁਤ ਛੋਟੀ ਹੁੰਦੀ ਵੀਰ ਜੀ ਕਿਸੇ ਨੇ ਕੋਈ ਇਤਰਾਜ਼ ਨਹੀਂ ਜਤਾਇਆ ਬੰਦੇ ਦੀ ਆਪਣੀ ਹਿੰਮਤ ਹੋਣੀ ਚਾਹੀਦੀ ਹੈ ਕੰਮ ਕਿਹੜਾ ਮੁਸ਼ਕਲ ਹੈ ਮਤਲਬ ਸੰਘਰਸ਼ ਕਰੋ ਤੇ ਹੌਸਲਿਆਂ ਨਾਲ ਉਡਾਨਾਂ ਹੁੰਦੀਆਂ ਨੇ ਮੈਂ ਪਹਿਲਾਂ ਵੀ ਕਿਹਾ ਤੁਹਾਨੂੰ ਕਿ ਹੌਸਲਿਆਂ ਨਾਲ ਉਡਾਨਾਂ ਹੁੰਦੀਆਂ ਨੇ ਇਹ ਹੌਸਲਾ ਵਾ ਇਹ ਜਜ਼ਬਾ ਵਾ ਇਹ ਜਨੂਨ ਦਾ ਵਾ ਤੁਹਾਡੇ ਮਾਪੇ ਹੈਗੇ ਸੀ ਜਦੋਂ ਤੁਸੀਂ 7 ਸਾਲ ਦੀ ਉਮਰ ਦੇ ਵਿੱਚ ਮੇਰੇ ਘਰ ਦੀ ਕੋਈ ਪ੍ਰੋਬਲਮ ਸੀਗੀ ਮੈਂ 7 ਸਾਲ ਦੀ ਉਮਰ ਚ ਘਰ ਛੱਡਤਾ ਸੀ ਅੱਛਾ ਤੁਸੀਂ ਘਰ ਛੱਡਤਾ ਸੀ ਉਸ ਤੋਂ ਬਾਅਦ ਫਿਰ ਤੁਸੀਂ ਕਿੱਥੇ ਹੋਏ ਮੈਂ ਸਟੇਸ਼ਨਾਂ ਤੇ ਮੂੰਗਫਲੀਆਂ ਵੀ ਵੇਚੀਆਂ ਪੁੱਤ ਰੇੜੀਆਂ ਵੀ ਲਗਾਈਆਂ ਭੀਖ ਵੀ ਮੰਗ ਕੇ ਖਾਧੀ ਆ ਝੁਗੀਆਂ ਪਾ ਕੇ ਵੀ ਰਹੀ ਆ
अच्छा सड़क ते रोटी कमा के खाते मतलब मेहनत मुशक्कत कीती अपनी जिंदगी दे संघर्ष कीते ने बच्चे तुहाडे हैगे ने ब्याह गए सी उस तो बाद तुसी मेनू 17 साल हो गए ब्याह होए ब्याह किथे पहले को कराया नहीं ब्याह फकीरी कटी 17 साल होए मेरे ब्याह होए अच्छा 17 साल होए ब्याह होए ब्याह इथे लुधियाणे ही कराया हां जी तुहाडे हस्बैंड की करदे मेरे हस्बैंड ने 4 बारी अटैक हो चुके है किस चीज दा ਰਾਤੀ 12:30 ਵਜੇ ਗਏ ਆ ਸਵੇਰੇ 3:30 ਵਜੇ ਆਏ 3:30 ਵਜੇ ਹਾਂਜੀ ਤੇ ਫਿਰ ਉੱਥੇ ਖਰਚਾ ਵੀ ਬੜਾ ਹੋ ਜਾਂਦਾ ਹੋਣਾ ਖਰਚਾ ਤੁਸੀਂ ਇਕੱਲੇ ਹੀ ਚੱਕਦੇ ਹੋ ਜੀ ਹਾਂਜੀ ਆਪਣੇ ਪਰਿਵਾਰ ਦਾ ਖਰਚਾ ਇਕੱਲੇ ਹੀ ਚੱਕਦੇ ਹੋ ਪਰਿਵਾਰ 'ਚ ਕੌਣ ਕੌਣ ਆ ਤੁਹਾਡੇ ਇੱਕ ਮੈਂ ਆ ਇੱਕ ਮੇਰੇ ਮਾਤਾ ਜੀ ਆ ਜਿਨ੍ਹਾਂ ਦੀ ਨਿਗਾਹ ਕਮਜ਼ੋਰ ਹੈ ਮਾਤਾ ਜੀ ਤੁਹਾਡੇ ਆਪਣੇ ਮਦਰ ਨੇ ਕਿ ਤੁਹਾਡੇ ਹਸਬੰਡ ਦੇ ਮਦਰ ਤੁਹਾਡੇ ਮਦਰ ਹਾਂਜੀ ਤੁਹਾਡੇ ਨਾਲ ਰਹਿੰਦੇ ਨੇ ਹਾਂਜੀ ਮੇਰੇ ਮਾਤਾ ਜੀ ਆ ਮੇਰੇ ਹਸਬੰਡ ਆ ਇੱਕ ਅਸੀਂ ਛੋਟਾ ਜਿਹਾ ਡੋਗੀ ਪਾਲਿਆ ਹੋਇਆ ਉਹ ਸਾਡੀ ਧੀ ਵੀ ਆ ਉਹ ਸਾਡੇ गर्मी होवे सर्दी होवे ठंड होवे जिद्दां दा मर्जी मौसम होवे हिम्मत नहीं हारदे कदी लग्गिया इदां कि मैनूं इन्नी उमर हो गई हुण छड्ड देना चाहीदा काम छड्डिया ते तां जे पुत कोई सहारा होवे हैगे सारे ही है पर आज टाइम मेरा वक्त हो जाए आज मेरा बहन भरा कोई रिश्तेदार मेरा सारा नहीं मतलब रिश्तेदार भी पासा वट जाते ने जदों इंसान ते वक्त पैंदा यही कहना चाहते हो हां जी ਇਹ ਵੀ ਆ ਬਗਾਨਿਆਂ ਨੇ ਨਹੀਂ ਆਪਣਿਆਂ ਨੇ ਮੂੰਹ ਵਟਿਆ ਆਪਣਿਆਂ ਨੇ ਮੂੰਹ ਵਟੇ ਆਪਣੇ ਹੀ ਵਟਦੇ ਆ ਬਗਾਨਾ ਤਾਂ ਨਹੀਂ ਵਟਦਾ ਬਗਾਨਿਆਂ ਨੇ ਸਹਾਇਤਾ ਦਿੱਤੀ ਆ ਪਹਿਲੀ ਵਾਰੀ ਲੋਕਡਾਊਨ ਦੇ ਵਿੱਚ ਮੇਰੇ ਘਰਦਿਆਂ ਨੂੰ ਅਟੈਕ ਹੋਇਆ ਸੀ ਤੇ ਮੈਂ ਕਿਸੇ ਤੋਂ ਵੀ ਮੰਗੇ ਪੈਸੇ ਮੈਨੂੰ ਰਿਸ਼ਤੇਦਾਰ ਨੇ ਕਿਸੇ ਨੇ ਹੱਥ ਨਹੀਂ ਫੜਾਇਆ ਚੋੜਾ ਬਾਜ਼ਾਰ ਦੇ ਵਿੱਚ ਜਿੱਥੇ ਮੈਂ ਭੀਖ ਮੰਗੀ ਉੱਥੇ ਚੋੜਾ ਬਾਜ਼ਾਰ ਦੇ ਵਿੱਚ ਮੇਨ ਚੋੜਾ ਬਾਜ਼ਾਰ 'ਚ ਭਾਂਡਿਆਂ ਦੀ ਦੁਕਾਨ ਹੈ ਬਹੁਤ ਵੱਡੀ ਉਹਨਾਂ ਨੇ ਮੈਨੂੰ ਬਿਠਾਇਆ ਕਹਿੰਦੇ ਮਤਾ ਤੂੰ ਰੁਪਈਆ ਮੰਗਦੀ ਹੈ ਕੀ ਗੱਲ ਮੈਂ ਕਿਹਾ ਵੀਰੋ ਐਦਾਂ ਐਦਾਂ ਕਰਕੇ ਆ ਗੱਲ ਉਹਨਾਂ ਨੇ ਜਿੱਦਾਂ ਵੀ ਕੁਛ ਆਪਣੇ ਤੋਂ ਕੁਛ ਆਪਣੀਆਂ ਮਾਰਕੀਟ ਦੀਆਂ ਦੁਕਾਨਾਂ ਤੋਂ 5000 ਰੁਪਇਆ ਮੈਨੂੰ ਇਕੱਠਾ ਕਰਕੇ ਦਿੱਤਾ ਉਹਦੇ 'ਚ ਮੈਂ ਥੋੜਾ ਬਹੁਤ ਆਪਣੇ ਘਰ ਦਾ ਰਾਸ਼ਨ ਪਾਇਆ ਸਿਲੰਡਰ ਭਰਾਇਆ ਤੇ ਆਪਣੇ ਆਦਮੀ ਦੀ ਦਵਾਈ ਵਗੈਰਾ ਲਿਆਂਦੀ ਇਲਾਜ ਕਰਾਇਆ ਸਰਕਾਰਾਂ ਨੇ ਕਾਰਡ ਬਣਾਏ ਇੰਸ਼ੋਰੈਂਸ ਦੇ ਉਹ ਤੁਹਾਡਾ ਬਣਿਆ ਹੋਇਆ ਪੁੱਤਰ ਜੀ ਅੱਜ ਕੱਲ੍ਹ ਕਾਰਡ ਵੀ ਉਹਨਾਂ ਦੇ ਬੰਦੇ ਆ ਜਿਨ੍ਹਾਂ ਦੇ ਬੰਦੇ ਸਭ ਕੁਝ ਹੈਗਾ ਕੋਈ ਬਲਦਾਰ ਨਹੀਂ ਬਣਾਉਂਦਾ ਕੋਈ ਕੁਝ ਨਹੀਂ ਬਣਾਉਂਦਾ ਅੱਛਾ ਕੋਈ ਵੀ ਨਹੀਂ ਬਣਾਉਂਦਾ ਬਾਕੀ ਸਾਰੀ ਦਿਹਾੜੀ ਮੈਂ ਰੋਡ ਤੇ ਕੰਮ ਕਰਨ ਵਾਲੀ ਨਾ ਮੇਰੇ ਕੋਲ ਇੰਨਾ ਟਾਈਮ ਹੈਗਾ ਅੱਛਾ ਨਾ ਮੇਰੇ ਕੋਲ ਕੋਈ ਇੰਨਾ ਟਾਈਮ ਹੈਗਾ ਤੇ ਨਾ ਕੋਈ ਪਿੱਛੇ ਮੇਰਾ ਕੋਈ ਉਹ ਜਿਹਾ ਸਹਾਰਾ ਹੈਗਾ ਜਿਹੜਾ ਮੈਨੂੰ ਸਾਰਾ ਦਿੰਦਾ ਸਾਰਾ ਦਿਨ ਖੜ ਕੇ ਤੱਕਦੇ ਨਹੀਂ ਇੱਥੇ ਸਾਰਾ ਦਿਨ ਅੱਗੇ ਪਿੱਛੇ ਮਾਰ ਕੇ ਦਿਖਾਇਓ ਜਿਹੜਾ ਸਿਟੀ ਮਾਰਦੇ ਹੋ ਤੇ ਉਹ ਆਵਾਜ਼ਾਂ ਮਾਰਦੇ ਹੋ ਕਿਵੇਂ ਇੱਕ ਵਾਰ ਪਤਾ ਤਾਂ ਲੱਗੇ ਵੀ ਜਿਹੜੇ ਲੋਕ ਸਾਨੂੰ ਦੇਖਦੇ ਨੇ ਜਿਹੜੇ ਸਾਨੂੰ ਸੁਣਦੇ ਨੇ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਕਿੰਨਾ ਹੌਸਲਾ ਤੇ ਕਿੰਨਾ ਜਜ਼ਬਾ ਤੇ ਕਿੰਨਾ ਜਨੂਨ ਆ ਦਿਖਾਓ ਤਾਂ ਇੱਕ ਵਾਰ ਦਿਖਾ ਦਿਓ ਮਾੜਾ ਜਿਹਾ ਹੁਸ਼ਿਆਰਪੁਰ ਅੱਗੇ ਖੜੀ ਹੈ ਹੁਸ਼ਿਆਰਪੁਰ ਅਕਸਰ ਲੋਕ ਸੰਘਰਸ਼ ਤੋਂ ਡਰਦੇ ਨੇ ਅਕਸਰ ਲੋਕ ਸੰਘਰਸ਼ ਜਦੋਂ ਕਰਨਾ ਪੈਂਦਾ ਨਾ ਖੁਦਕੁਸ਼ੀਆਂ ਕਰ ਜਾਂਦੇ ਨੇ ਆਪਣੀ ਜ਼ਿੰਦਗੀ ਦੇ ਸੰਘਰਸ਼ ਤੋਂ ਡਰਦੇ ਨੇ ਜ਼ਿੰਦਗੀ ਜਿਉਂਦੇ ਨਹੀਂ ਰੱਬ ਨੇ ਬਹੁਤ ਸੋਹਣੀ ਜ਼ਿੰਦਗੀ ਦਿੱਤੀ ਆ ਬਹੁਤ ਸੋਹਣਾ ਸਰੀਰ ਦਿੱਤਾ ਪਰ ਅਸੀਂ ਆਪਣੇ ਹੱਥਾਂ ਨਾਲ ਮੁਕਾ ਲੈਂਦੇ ਹਾਂ ਅਸੀਂ ਸੰਘਰਸ਼ ਨਹੀਂ ਲੜਨਾ ਚਾਹੁੰਦੇ ਤੁਸੀਂ ਸੰਘਰਸ਼ ਲੜੇ ਹੋ ਉਹ ਜਿਹੜੇ ਸੰਘਰਸ਼ ਤੋਂ ਡਰ ਕੇ ਖੁਦਕੁਸ਼ੀਆਂ ਕਰਦੇ ਆ ਨਾ ਉਹ ਸੰਘਰਸ਼ ਤੋਂ ਨਹੀਂ ਡਰਦੇ ਇਸ ਜ਼ਾਲਮ ਦੁਨੀਆ ਤੋਂ ਡਰਦੇ ਜ਼ਾਲਮ ਦੁਨੀਆ ਤੋਂ ਡਰਦੇ ਅੱਛਾ ਫਿਰ ਤਾਂ ਸਾਨੂੰ ਲੜਨਾ ਚਾਹੀਦਾ ਜ਼ਾਲਮ ਦੁਨੀਆ ਤੋਂ ਆਪਣੇ ਆਪ ਤੇ ਹਿੰਮਤ ਕਰੋ ਮੈਂ ਇਹੀ ਕਹਾਂਗੀ ਮੇਰੀ ਬੱਚੀਓ ਹਿੰਮਤ ਕਰੋ ਆਪਣੇ ਪਰਿਵਾਰ ਨੂੰ ਆਪਣੇ ਘਰ-ਬਾਰ ਨੂੰ ਦੇਖੋ ਹਿੰਮਤ ਕਰੋ ਦੋ ਪੈਸੇ ਦਾ ਕੰਮ ਕਰੋ ਆਪਣੇ ਬਾਲ ਬੱਚਿਆਂ ਨੂੰ ਸੁਖੀ ਸੰਦੀ ਇਹੋ ਜੀ ਹੈਲਪ ਦਿਓ ਕਿ ਸਾਡੇ ਬੱਚੇ ਸਾਡਾ ਪਰਿਵਾਰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਲਾਈਫ ਚ ਅੱਛਾ ਮਤਲਬ ਤੁਸੀਂ ਇਹ ਕਾਮਨਾ ਕਰ ਰਹੇ ਹੋ ਸਾਰਿਆਂ ਦੇ ਨਾਲ ਇੱਕ ਵਾਰ ਫਿਰ ਉਹ ਮੜਾ ਜਾ ਕਰਕੇ ਦਿਖਾ ਦਿਓ ਬੱਸ ਆ ਗਈ ਕਿਹੜੀ ਆਈ ਆ ਬੱਸ ਰਾਜਧਾਨੀ ਕਿਹੜੀ ਬੱਸ ਜਲੰਧਰ ਜੀ ਜਲੰਧਰ 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 ਇਹ ਸਾਡੀ ਭੈਣ ਨੇ ਤੁਹਾਨੂੰ ਦੇਖਿਆ ਤੁਸੀਂ ਦੇਖਿਆ ਕਿੰਨਾ ਹੌਸਲਾ ਕਿੰਨਾ ਜਜ਼ਬਾ ਕਿੰਨਾ ਜਨੂਨ ਆ ਇਹਨਾਂ ਦੇ ਵਿੱਚ ਇਹ ਉਹਨਾਂ ਭੈਣਾਂ ਲਈ ਐਗਜ਼ਾਮਪਲ ਸੈੱਟ ਕੀਤੀ ਹੈ ਇਹਨਾਂ ਨੇ ਜਿਨ੍ਹਾਂ ਨੂੰ ਲੱਗਦਾ ਕਿ ਬਈ ਕੰਮ ਜਿਹੜਾ ਛੋਟਾ ਵੱਡਾ ਹੁੰਦਾ ਹੈ ਕਿ ਆਹ ਕੰਮ ਮੈਂ ਨਹੀਂ ਕਰ ਸਕਦੀ ਜਾਂ ਮੈਂ ਆਹ ਕੰਮ ਨਹੀਂ ਕਰ ਸਕਦੀ ਜਾਂ ਮੇਰੇ ਨਾਲ ਜ਼ਿੰਦਗੀ 'ਚ ਧੋਖਾ ਹੋ ਗਿਆ
या मैनू घरों बाहर कढ दिता गया या मैं हुण कमा के नहीं खा सकती। जिंदगी नू जीना सीखो, जिंदगी नू गवाउणा ना सीखो, जिंदगी दे विच कम करने सीखो, जिंदगी दे विच संघर्ष करने सीखो, जिंदगी नू जितना सीखो, क्योंकि तुहाडे संघर्ष नाल तुहाडे जिंदगी नू उड़ान मिलनी है नवी। सो ये अज साडा मोटिव सीगा कि असी इस भैण दे नाल तुहानू मिलाईए, असी बाखूबी तुहानू मिलाया, उन्हां दी जिंदगी बारे भी दस्या ते उन्होंने अपने मूहों भी तुहानू बहुत चीज़ां दसिया ने ते तुहानू संघर्ष करन लई प्रेरणा भी दित्ती आ। सो अज दा मकसद साडा सीगा कि जिहड़े लोग जिंदगी तो दुखी ने, दुखी ना होवो, जिंदगी च संघर्ष करो ते अगे वधो। बहुत बहुत शुक्रिया, बहुत बहुत मेहरबानी, तुसी साडे नाल जुड़े, धन्नवाद जी। एक बार दिखा दिओ, हो गया शुरू भी हो गया ते एक की कहिंदे आ ओह सीटी जिहड़ी मार रहे। वैसे मैं अज तक सीटी नहीं मार सकिया, मैनू सीटी मेरे तो बजदी नहीं। आ भैण बड़ी वधिया सीटी मार, मैं तुहानू दिखाउणा एक बार, देखियो ਜਿਹਦੇ ਨਾਲ ਬੀਤੀ ਹੁੰਦੀ ਹੈ ਨਾ ਉਹੀ ਜਾਣਦਾ ਪੁੱਤਰ। ਇਸ ਚੀਜ਼ ਨੂੰ ਕਹਿਣਾ ਬਹੁਤ ਸੌਖਾ ਆ ਪਰ ਕਰਨਾ ਜਿਹੜਾ ਆ ਬਹੁਤ ਔਖਾ, ਬਹੁਤ ਔਖਾ, ਬਹੁਤ ਔਖਾ। ਜ਼ਿੰਦਗੀ ਦੇ ਵਿੱਚ ਸੰਘਰਸ਼ ਕਰਨੇ ਬਹੁਤ, ਅਕਸਰ ਲੋਕ ਸੰਘਰਸ਼ ਤੋਂ ਡਰਦੇ ਨੇ, ਅਕਸਰ ਲੋਕ ਸੰਘਰਸ਼ ਜਦੋਂ ਕਰਨਾ ਪੈਂਦਾ ਨਾ ਖੁਦਕੁਸ਼ੀਆਂ ਕਰ ਜਾਂਦੇ ਨੇ, ਆਪਣੀ ਜ਼ਿੰਦਗੀ ਦੇ ਸੰਘਰਸ਼ ਤੋਂ ਡਰਦੇ ਨੇ, ਜ਼ਿੰਦਗੀ ਜਿਉਂਦੇ ਨਹੀਂ। ਰੱਬ ਨੇ ਬਹੁਤ ਸੋਹਣੀ ਜ਼ਿੰਦਗੀ ਦਿੱਤੀ ਆ, ਬਹੁਤ ਸੋਹਣਾ ਸਰੀਰ ਦਿੱਤਾ, ਪਰ ਅਸੀਂ ਆਪਣੇ ਹੱਥਾਂ ਨਾਲ ਮੁਕਾ ਲੈਂਦੇ ਹਾਂ, ਅਸੀਂ ਸੰਘਰਸ਼ ਨਹੀਂ ਲੜਨਾ ਚਾਹੁੰਦੇ। ਤੁਸੀਂ ਸੰਘਰਸ਼ ਲੜੇ ਹੋ, ਉਹ ਜਿਹੜੇ ਸੰਘਰਸ਼ ਤੋਂ ਡਰ ਕੇ ਖੁਦਕੁਸ਼ੀਆਂ ਕਰਦੇ ਆ ਨਾ ਉਹ ਸੰਘਰਸ਼ ਤੋਂ ਨਹੀਂ ਡਰਦੇ, ਇਸ ਜ਼ਾਲਮ ਦੁਨੀਆ ਤੋਂ ਡਰਦੇ ਆ। ਜ਼ਾਲਮ ਦੁਨੀਆ ਤੋਂ ਡਰਦੇ ਆ, ਅੱਛਾ ਫਿਰ ਤਾਂ ਸਾਨੂੰ ਲੜਨਾ ਚਾਹੀਦਾ ਜ਼ਾਲਮ ਦੁਨੀਆ ਦੇ ਨਾਲ। ਆਪਣੇ ਆਪ 'ਤੇ ਹਿੰਮਤ ਕਰੋ, ਮੈਂ ਇਹੀ ਕਹਾਂਗੀ ਮੇਰੀ ਬੱਚੀਓ, ਹਿੰਮਤ ਕਰੋ, ਆਪਣੇ ਪਰਿਵਾਰ ਨੂੰ, ਆਪਣੇ ਘਰ ਬਾਰ ਨੂੰ ਦੇਖੋ, ਹਿੰਮਤ ਕਰੋ, ਦੋ ਪੈਸੇ ਦਾ ਕੰਮ ਕਰੋ, ਆਪਣੇ ਬਾਲ ਬੱਚਿਆਂ ਨੂੰ ਸੁਖੀ ਸਾਂਦੀ ਇਹੋ ਜਿਹੀ ਹੈਲਪ ਦਿਓ ਕਿ ਸਾਡੇ ਬੱਚੇ, ਸਾਡਾ ਪਰਿਵਾਰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਲਾਈਫ 'ਚ। अच्छा मतलब तुसी ये कामना कर रहे हो सारिआं दे नाल, एक बार फिर माड़ा जिहा करके दिखा दो, बस आ गई, केड़ी आई है बस, राजधानी केड़ी बस? जलंधर जी, जलंधर, जलंधर, जलंधर। ए साडी भैण ने तुहानू देखिया, तुसी देखिया किन्ना हौसला, किन्ना जज्बा, किन्ना जनून आ इन्हां दे विच। ए उन्हां भैणां लई एग्जाम्पल सैट कीती है इन्हां ने, जिन्हां नूं लगता है कि भाई कम जिहड़ा छोटा वड्डा हुंदा है कि आह कम मैं नहीं कर सकती, या मैं आह कम नहीं कर सकती, या मेरे नाल जिंदगी च धोखा हो गया, या मैनू घरों बाहर कढ दिता गया, या मैं हुण कमा के नहीं खा सकती। जिंदगी नूं जीना सीखो, जिंदगी नूं गवाउणा ना सीखो, जिंदगी दे विच कम करने सीखो, जिंदगी दे विच संघर्ष करने सीखो, जिंदगी नूं जितना सीखो, क्योंकि तुहाडे संघर्ष नाल तुहाडे जिंदगी नूं उड़ान मिलनी है नवी। सो ये अज साडा मोटिव सीगा कि असी इस भैण दे नाल तुहानू मिलाईए, असी बाखूबी तुहानू मिलाया, उन्हां दी जिंदगी बारे भी दस्या ते उन्होंने अपने मूहों भी तुहानू बहुत चीज़ां दसियां ने ते तुहानू संघर्ष करन लई प्रेरणा भी दित्ती आ। सो अज दा मकसद साडा सीगा कि जिहड़े लोग जिंदगी तो दुखी ने, दुखी ना होवो, जिंदगी च संघर्ष करो ते अगे। जिहड़ियां इदां दियां भैणां संघर्ष करदियां ने जिंदगी दे विच, उन्हां लई खास उपराले कीते जाने चाहीदे ने। इह साडे चैनल वल्लों ते मेरे खुद वल्लों अपील आ कि इह जी भैणां रोल मॉडल बणदियां ने साडी जिंदगी दे अंदर, आम महिलावां वास्ते इह जिहियां भैणां एक रोल मॉडल दा रोल जड़ा वा वह अदा कर सकदियां ने। सो इन्हां नूं उत्साह जरूर दो ते सरकारां नूं बेनती है कि इन्हां लई कुछ ना कुछ जरूर किया जावे। कोई नंबर लेना चाहो तो साडा नंबर, इन्हां दा भी एक नंबर तुहानूं दे दिंदे आ, भैण अपना नंबर भी दस दो, जे कोई मेरा वीर मदद करना चाहुंदा वा, हैल्प करना चाहुंदा, जां इन्हां बारे जानना चाहुंदा, इन्हां दे नंबर ते कॉन्टैक्ट भी कर सकदे हो। भैणे नंबर किन्ना तुहाडा? 86996 95401 95401 95401। सो ये भैण दा नंबर आ ते किदा लग्या अपने दिल दे जज्बात सांझे करके अज साडे नाल? ਮੇਰਾ ਕੁਛ ਠੀਕ ਵੀ ਲੱਗਾ, ਕੁਛ ਉਹਦਾ ਵੀ ਲੱਗਾ। ਵੀ ਦੇਖੋ ਵਕਤ ਤਾਂ ਕੋਈ ਉਹੋ ਜਿਹਾ ਨਿਕਲਵਾ ਨਹੀਂ ਸਕਦਾ, ਪਰ ਜਿਹੜਾ ਆ ਕਈ ਲੋਕ ਐਸੇ ਆ ਕਿ ਕਿਸੇ ਦੀ ਮਜਬੂਰੀ, ਕਿਸੇ ਦੀ ਤਕਲੀਫ ਦੇਖ ਕੇ ਤਾੜੀਆਂ ਵੀ ਵਜਾਉਂਦੇ। ਬਿਲਕੁਲ ਬਿਲਕੁਲ, ਸੋ ਭੈਣ ਦੀਆਂ ਗੱਲਾਂ ਬੜੀਆਂ ਦਿਲ ਨੂੰ ਟੁੰਬ ਕੇ ਰੱਖ ਦੇਣ ਵਾਲੀਆਂ ਨੇ। ਕੀ ਕਹਿ ਸਕਦੇ ਹਾਂ, ਜ਼ਿੰਦਗੀ ਹੈ, ਜ਼ਿੰਦਗੀ 'ਚ ਬਹੁਤ ਕੁਛ ਹੁੰਦਾ, ਉਤਾਰ ਚੜ੍ਹਾਵ ਆਉਂਦੇ ਨੇ, ਪਰ ਇਹੋ ਜਿਹੇ ਲੋਕ ਹੀ ਪਰਮਾਤਮਾ ਕਿਸੇ ਗਰੀਬ ਦੀ ਧੀ ਦੇ ਇਹੋ ਜਿਹਾ ਵਕਤ ਨਾ ਪਾਵੇ। ਜੀ ਜੀ, ਸੋ ਇਹ ਜੇ ਲੋਕ ਹੀ ਰੋਲ ਮਾਡਲ ਬਣਦੇ ਨੇ, ਇਹ ਜੇ ਲੋਕ ਹੀ ਸੰਘਰਸ਼ ਕਰਕੇ ਅੱਗੇ ਵੱਧਦੇ ਨੇ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ।